ਚਾਚੀ ਤੈਨੂੰ ਪਤਾ ਲੱਗਿਆ? ਤੇ ਹੋਰ ਕੀ, ਮੈਨੂੰ ਤੇ ਸਭ ਤੋਂ ਪਹਿਲਾਂ ਪਤਾ ਲੱਗਿਆ। ਤੈਨੂੰ ਪਤਾ ਬੜਾ ਵਧੀਆ ਹੋਇਆ। ਇਹਦੇ ਜੇ ਵਧੀਆ ਕੀ ਹੋਇਆ? ਲੈ ਆ ਤਾਂ ਮੈਂ ਇੰਨੇ ਸਾਲਾਂ ਤੋਂ ਕਰਨ ਦਾ ਸੋਚਣ ਡਈ ਸੀ। ਸੱਚੀ ਚਾਚੀ? ਤੇ ਹੋਰ ਕੀ, ਇੰਨੇ ਸਾਲ ਦਾ ਲਾਡ ਪਿਆਰ ਹੁਣ ਜਾ ਕੇ ਕੰਮ ਆਇਆ। ਤੁਸੀਂ ਇਸ ਲਈ ਲਾਡ ਪਿਆਰ ਕਰਨ ਡਏ ਸੀ? ਉਹ ਤੇ ਮਾਹੀ ਨੇ ਕੋਈ ਚਾਰਾ ਨਹੀਂ ਛੱਡਿਆ, ਨਹੀਂ ਤਾਂ ਇਹ ਕੰਮ ਤਾਂ ਮੈਂ ਕਦੋਂ ਦਾ ਕਰ ਦੇਣਾ ਸੀ। ਕੀ ਚਾਰਾ ਨਹੀਂ ਛੱਡਿਆ ਮਾਹੀ ਦੀਦੀ ਨੇ? ਲੈ ਤੈਨੂੰ ਨੀ ਪਤਾ, ਆ ਮੱਝ ਦਾ ਇਹਨੇ ਅੱਜ ਲੱਤ ਮਾਰੀ ਆ ਤੇਰੇ ਚਾਚੇ ਨੂੰ। ਚਾਚੀ ਮੈਂ ਮਾਹੀ ਦੀਦੀ ਦੀ ਗੱਲ ਕਰਨ ਡਿਆ, ਨਾ ਕਿ ਮੱਝ ਦੀ। ਮਾਤਾ ਰਾਣੀ ਮੇਰ ਕਰੇ, ਕੀ ਹੋਇਆ ਮੱਝ, ਮੇਰਾ ਮਤਲਬ ਹੈ ਮਾਹੀ ਨੂੰ? ਉਹ ਲੱਭਣ ਨਹੀਂ ਡਏ, ਤਾਂ ਆਪਣੇ ਕਮਰੇ 'ਚ ਵੀ ਨਹੀਂ ਹੈਗੇ। ਹਾਏ ਰੱਬਾ, ਮਾਤਾ ਰਾਣੀ ਮੇਰ ਕਰੇ, ਕਿੱਥੇ ਚੱਲੇਗੀ ਇਹ ਕੁੜੀ? ਚਲੋ ਜੀ ਆਓ, ਆਪਾਂ ਆਪਣੀ ਕੁੜੀ ਨੂੰ ਲੱਭੀਏ, ਆਜੋ ਆਜੋ ਛੇਤੀ। ਸਿਲਕੀ ਪੁੱਤਰ, ਸਿਲਕੀ ਮੈਂ ਜੋਗੀ ਬੋਲਣ ਡਿਆ, ਮਾਹੀ ਦਾ ਬਾਊ ਜੀ। ਸਤਿ ਸ਼੍ਰੀ ਅਕਾਲ ਪੁੱਤਰ। ਗੱਲ ਸੁਣ ਪੁੱਤਰ, ਮਾਹੀ ਤੇਰੇ ਨਾਲ ਹੈਗੀ ਹੈ? ਅੱਛਾ ਪੁੱਤਰ, ਸਤਿ ਸ਼੍ਰੀ ਅਕਾਲ। ਉਹ ਤਾਂ ਸਿਲਕੀ ਨਾਲ ਵੀ ਨਹੀਂ ਹੈਗੀ ਹੈ ਬਾਊ ਜੀ। ਉਹ ਦੀਦੀ ਦੁਕਾਨ ਤੇ ਚਲੇ ਗਏ ਹੋਣੇ ਆ, ਉਹ ਕੱਲ ਵੀ ਨਹੀਂ ਗਏ ਨਾ, ਬਸ ਇਸੇ ਲਈ ਅੱਜ ਛੇਤੀ ਚਲੇ ਗਏ ਹੋਣੇ ਆ। ਨਹੀਂ, ਦੁਕਾਨ ਖੁੱਲੀ ਨਹੀਂ ਸੀ। ਮੈਂ ਜਦੋਂ ਮੰਦਿਰ ਤੋਂ ਵਾਪਸ ਆਣ ਡਈ ਸੀ ਉਦੋਂ ਮੈਂ ਵੇਖਿਆ ਸੀ ਦੁਕਾਨ ਤਾਂ ਬੰਦ ਪਈ ਸੀ। ਮਾਹੀ ਆਪਣੀ ਗੱਲ ਦੀ ਬੜੀ ਪੱਕੀ ਹੈ, ਉਹਨੇ ਜਿਹੜੀ ਜ਼ਿੰਮੇਵਾਰੀ ਆਪਣੇ ਸਿਰ ਤੇ ਲਿੱਤੀ ਹੈ ਨਾ, ਜ਼ਰੂਰ ਉਹਨੂੰ ਪੂਰੀ ਕਰਨ ਵਾਸਤੇ ਵੀਰ ਦੇ ਘਰ ਚਲੀ ਗਈ ਹੋਣੀ ਹੈ ਸਵੇਰੇ ਸਵੇਰੇ। ਗੱਲ ਸੁਣੋ ਜੀ, ਤੁਸੀਂ ਇੱਕ ਵਾਰੀ ਵੀਰ ਨੂੰ ਫੋਨ ਕਰਕੇ ਪੁੱਛੋ ਨਾ। ਹਾਂ ਸਹੀ ਕਹਿੰਦੀ ਹੈ ਨਾਨਾ, ਮੈਂ ਵੀਰ ਨੂੰ ਫੋਨ। ਮੇਰੀ ਕੁੜੀ ਨੇ ਅੱਜ ਸ਼ਰਮ ਨਾਲ ਮੇਰਾ ਸਰ ਚੁਕਾ ਤਾ। ਮੇਰੇ ਕੋਲ ਹੱਥ ਜੋੜ ਕੇ ਮਾਫੀ ਮੰਗਣ ਤੋਂ ਇਲਾਵਾ ਕੁਛ ਨਹੀਂ ਹੈ ਤੈਨੂੰ ਦੇਣ ਵਾਸਤੇ। ਆਪਣੀਆਂ ਹਰਕਤਾਂ ਤੇ ਅਜੇ ਵੀ ਸ਼ਰਮ ਨਹੀਂ ਆਈ? ਦੂਜੇ ਵਾਸਤੇ ਖੁਦ ਖੱਡੇ ਚ ਤੇਰਾ ਆਪਣਾ ਭਰਾ ਗਿਰ ਗਿਆ,